ਯੂਜ਼ ਏ ਸੂਟੇਬਲ ਆਈਡੈਂਟੀਟੀ ਟੂ ਗੈਟ ਈਚ ਫੋਲੋਇੰਗ ਪ੍ਰੋਡਕਟ ਇਹਨਾਂ ਨੂੰ ਮਲਟੀਪਲਾਈ ਕਰਨਾ ਆ ਤੇ ਬਟ ਆਈਡੈਂਟੀਟੀ ਲਾ ਕੇ ਕਰਨਾ ਆ ਫਾਰਮੂਲਾ ਲਾ ਕੇ ਕਰਨਾ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਲੱਸ ਵਾਲੇ ਕੀਤੇ ਸੀ ਇਹਦੇ ਵਿੱਚ ਹੈਗੇ ਮਾਈਨਸ ਵਾਲੇ ਫਾਰਮੂਲਾ ਉਹੀ ਲੱਗਣਾ ਵਾ ਜਸਟ ਮਾਈਨਸ ਲੱਗਣਾ ਕਿ ਮਾਈਨਸ ਕਿੱਥੇ ਲੱਗਣਾ ਆ ਇਹ 2a 7 ਦੋ ਵਾਰੀ ਲਿਖਿਆ ਹੋਇਆ ਆਪਾਂ ਇਹਨੂੰ ਸਕੇਅਰ ਪਾ ਕੇ ਲਿਖ ਸਕਦੇ ਆ ਠੀਕ ਹੈ ਸੋ ਜਦੋਂ a b ਦੀ ਹੋਲ ਦੀ ਸਕੇਅਰ ਦਾ ਫਾਰਮੂਲਾ ਲੱਗ ਜੇ ਤੇ ਉਦੋਂ ਅਸੀਂ ਫਾਰਮੂਲਾ ਯੂਜ਼ ਕਰਨਾ ਆ a b ਦੀ ਹੋਲ ਦੀ ਸਕੁਅਰ ਦਾ ਇਹਦੇ ਵਿੱਚ ਜਿਹੜਾ a ਉਹ ਪਹਿਲਾ ਹੁੰਦਾ ਆ 2a ਇਹਨੂੰ ਪੂਰਾ ਹੀ ਲੈਣਾ ਹੁੰਦਾ ਆ a ਨਹੀਂ ਕਿ a ਕੱਲਾ ਲੈਣਾ ਆ ਦੂਸਰੇ ਨੰਬਰ ਵਾਲਾ ਹੁੰਦਾ ਆ b 7 ਕੱਲਾ ਲੈਣਾ ਨਾਲ ਮਾਈਨਸ ਨਹੀਂ ਲੈਣਾਗਾ ਕੱਲਾ 7 ਲੈਣਾ ਕਿਉਂਕਿ ਜਿਹੜਾ ਮਾਈਨਸ ਉਹ ਅਸੀਂ ਫਾਰਮੂਲੇ ਦੇ ਵਿੱਚ ਯੂਜ਼ ਕਰ ਲੈਣਾ ਤੇ ਜਿਹੜਾ ਫਾਰਮੂਲਾ ਹੁੰਦਾ ਉਹ ਕੀ ਹੁੰਦਾ ਆ ਮਾਈਨਸ ਵਾਲਾ a² b² 2ab ਪਲੱਸ ਵਾਲੇ ਦੇ ਵਿੱਚ ਸਾਰਿਆਂ ਦੇ ਹੀ ਪਲੱਸ ਪੈਂਦਾ ਜੇਕਰ ਮਾਈਨਸ ਆ ਜਾਏ ਤੇ 2 ਦੇ ਅੱਗੇ ਮਾਈਨਸ ਪੈਣਾ b ਦੇ ਅੱਗੇ ਨਹੀਂ ਪੈਣਾ ਉਹਦੇ ਅੱਗੇ ਪੋਜ਼ਿਟਿਵ ਹੀ ਰਹਿਣਾ ਆ ਸੋ ਅਸੀਂ ਹੁਣ ਵੈਲਿਊ ਭਰਾਂਗੇ a ਦੀ ਵੈਲਿਊ ਹੈਗੀ 2a a ਦੀ ਜਗ੍ਹਾ ਤੇ 2a ਭਰ ਦੇਣਾ ਪਲੱਸ b ਦੀ ਜਗ੍ਹਾ ਤੇ 7 ਫਿਲ ਕਰ ਦੇਣਾ ਮਾਈਨਸ ਦਾ ਮਾਈਨਸ 2 ਦਾ 2 a ਦੀ ਜਗ੍ਹਾ ਤੇ 2a b ਦੀ ਜਗ੍ਹਾ ਤੇ 7 ਉਸ ਤੋਂ ਬਾਅਦ 2a ਦੀ ਪਾਵਰ 2 ਆਈਟ ਮੀਨਸ 2a ਨੂੰ ਅਸੀਂ ਦੋ ਵਾਰੀ ਮਲਟੀਪਲਾਈ ਕਰਨਾ ਹੁੰਦਾ 2 ਨੂੰ 2 ਨਾਲ ਕੀਤਾ 4 ਆ ਗਿਆ a ਨੂੰ a ਨਾਲ ਮਲਟੀਪਲਾਈ ਕੀਤਾ ਤੇ a ਦੀ ਸਕੇਅਰ ਆਣਾ ਇਸ ਤੋਂ ਬਾਅਦ ਆ ਪਲੱਸ ਆ 7 ਦੀ ਪਾਵਰ 2 ਆ 7 ਨੂੰ ਵੀ ਅਸੀਂ ਦੋ ਵਾਰ ਮਲਟੀਪਲਾਈ ਕੀਤਾ 4 4 ਆ 49 ਮਾਈਨਸ ਆ ਮਾਈਨਸ ਤੁਸੀਂ ਅਸੀਂ ਇਹਨਾਂ 2 ਨੂੰ 2 ਨਾਲ ਮਲਟੀਪਲਾਈ ਕੀਤਾ 4 4 ਨੂੰ 7 ਨਾਲ ਮਲਟੀਪਲਾਈ ਕੀਤਾ 28 ਨਾਲ a ਲੱਗਾ ਹੋਇਆ a ਸੀ ਲਿਖ ਦਵਾਂਗੇ ਇਸ ਤਰੀਕੇ ਨਾਲ ਇਹਨਾਂ ਤੁਹਾਡਾ ਆਨਸਰ ਆ ਜਾਏਗਾ ਕਿਉਂਕਿ ਇਹਨਾਂ ਨੂੰ ਅਸੀਂ ਪਲੱਸ ਮਾਈਨਸ ਨਹੀਂ ਕਰ ਸਕਦੇ ਇਹਨਾਂ ਦੇ ਕੋਫੀਸ਼ੀਐਂਟ ਜਿਹੜੇ ਆ ਉਹਨਾਂ ਦੀ ਨਹੀਂ ਕੋਈ ਗੱਲ ਹੁੰਦੀ ਬਟ ਵੇਰੀਏਬਲਸ ਦੇਖਣੇ ਹੁੰਦੇ ਇੱਥੇ a ਦੀ ਪਾਵਰ 2 ਆ ਇਹ ਕਨਸਟੈਂਟ ਆ ਇੱਥੇ a ਆ ਵੇਰੀਏਬਲ ਸੇਮ ਨਹੀਂ ਹੈਗੇ ਇਸ ਕਰਕੇ ਅਸੀਂ ਇਹਨੂੰ ਇੱਥੇ ਛੱਡ ਦੇਣਾ ਹੁੰਦਾ ਸੋ ਇਹ ਓਵਰਸ ਵਾਲਾ ਕਿਸ ਤਰੀਕੇ ਨਾਲ ਕਰਨਾ ਆ ਇਹ ਵੀ ਇਸੇ ਤਰੀਕੇ ਨਾਲ ਕਰਨਾ ਆ ਇਹਦੇ ਵਿੱਚ 3a 1/2 ਆ 3a 1/2 ਆ ਇਹ ਦੋਵਾਂ ਵਰੀ ਇਹਨੂੰ ਅਸੀਂ ਇਹਦੀ ਪਾਵਰ 2 ਪਾ ਕੇ ਲਿਖ ਦਵਾਂਗੇ ਇਦਾਂ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਵਾ ਕਿ ਜਿਹੜਾ ਪਹਿਲੇ ਨੰਬਰ ਵਾਲਾ ਹੁੰਦਾ ਆ ਉਹ a ਆ 3a ਆ ਜਿਹੜਾ b ਆ ਉਹ 1.2 ਆ ਜਿਹੜਾ ਦੂਸਰੇ ਨੰਬਰ ਵਾਲਾ ਹੁਣ ਇੱਥੇ ਵੀ a b ਦੀ ਸਕੁਅਰ ਦਾ ਫਾਰਮੂਲਾ ਲੱਗਣਾ ਕਿਉਂਕਿ ਮਾਈਨਸ ਦਾ ਸਮ ਆ a² b² 2ab ਦਾ ਫਾਰਮੂਲਾ ਲੱਗਣਾ ਆ ਸੋ ਸੇਮ ਐਜ਼ ਐਸ ਸਮ ਵਾਂਗੂ a ਦੀ ਵੈਲਿਊ ਜਿਹੜੀ 3 ਆ ਉਹ ਫਿਲ ਕਰਨੀ ਹੁੰਦੀ ਆ ਉੱਪਰ ਸਕੁਅਰ ਲਗਾ ਸਕੁਅਰ ਪਾ ਦੇਣਾ ਪਲੱਸ ਦਾ ਪਲੱਸ b ਦੀ ਵੈਲਿਊ ਹੈਗੀ 1.2 1.2 ਉੱਪਰ ਹੈਗਾ 2 ਮਾਈਨਸ ਦਾ ਮਾਈਨਸ 2 ਦਾ 2 a ਦੀ ਸੌਰੀ a ਦੀ ਵੈਲਿਊ ਹੈਗੀ 3a b ਦੀ ਵੈਲਿਊ ਹੈਗੀ 1.2 ਉਸ ਤੋਂ ਬਾਅਦ ਅਸੀਂ ਇਹਨਾਂ ਦੀਆਂ ਸਕੀਜ਼ ਜਿਹੜੀਆਂ ਆ ਉਹ ਖੋਲਣੀਆਂ ਹੁੰਦੀਆਂ 2a ਦੀ ਪਾਵਰ 2 ਆ ਇਟ ਮੀਨਸ ਸੌਰੀ 3a ਦੀ ਪਾਵਰ 2 ਆ 3a ਨੂੰ ਅਸੀਂ ਦੋ ਵਾਰ ਮਲਟੀਪਲਾਈ ਪਾ ਕੇ ਲਿਖਾਂਗੇ 3 ਨੂੰ 3 ਨਾਲ ਮਲਟੀਪਲਾਈ ਕੀਤਾ 9 a ਨੂੰ no. a ਨਾਲ ਮਲਟੀਪਲਾਈ ਕੀਤਾ a² ਇਹ ਸਾਰਾ ਜਿਹੜਾ ਕੰਮ ਹੁੰਦਾ ਨਾ ਇਹ ਤੁਸੀਂ ਰਫ ਕੰਮ ਚ ਕਰਨਾ ਹੁੰਦਾ ਪਲੱਸ ਦਾ ਪਲੱਸ 1/2 ਆ ਗਿਆ 1.2 ਨੂੰ ਵੀ ਇਸ ਦੋ ਵਾਰ ਲਿਖਣਾ 1 ਉੱਪਰ ਵਾਲੇ ਨੂੰ ਉੱਪਰ ਵਾਲੇ ਨਾਲ ਮਲਟੀਪਲਾਈ ਕੀਤਾ 1 1 ਦਾ 1 ਆ ਗਿਆ 2 2 ਜਾਂ 4 ਮਾਨਸ ਸਮਾਨਸ ਦੇਖੋ ਇਹ 2 ਉੱਪਰ ਹੈ 2 نیچے ਆ ਇਹ ਦੋਵੇਂ ਆਪਸ ਵਿੱਚ ਕੱਟੇ ਜਾ ਸਕਦੇ ਆ ਇਹਨਾਂ ਨੂੰ ਕੱਟ ਦਿਆ ਕਰੋ 3a ਤੇ 1 ਰਹਿ ਗਿਆ 3a ਨੂੰ 1 ਨਾਲ ਮਲਟੀਪਲਾਈ ਕੀਤਾ 3a ਆ ਜਾਣਾ ਇਹ ਤੁਹਾਡਾ ਆਨਸਰ ਆ ਗਿਆ